ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਚੰਨ ਦੇ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਗਰ ਵੀਡੀਓ ਚੰਗੀ ਲੱਗੇ ਬਾਕੀ ਕੋਸ਼ਿਸ਼ ਇਹ ਹੀ ਕਰੀ ਦੀਏ ਕਿ ਜਿਹੜੀ ਵੀ ਖਬਰ ਤੁਹਾਡੇ ਵਾਸਤੇ ਲੈ ਕੇ ਆਈਏ ਬਿਲਕੁਲ ਖਬਰ ਜਿਹੜੀ ਹੈ ਜੀ ਪੱਕੀ ਹੋਵੇ ਸੱਚੀ ਹੋਵੇ ਬਾਕੀ ਅੱਜ ਦੀ ਵੀਡੀਓ ਨੂੰ ਪੂਰਾ ਹੀ ਦੇਖਿਓ ਤਾਂ ਕਿ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਉਸ ਤੋਂ ਤੁਸੀਂ ਅਪਡੇਟ ਰਹਿ ਸਕੋ ਅਗਰ ਤੁਸੀਂ ਇਟਲੀ ਦੇ ਵਿੱਚ ਰਹਿੰਦੇ ਹੋ ਤੇ ਤੁਹਾਡਾ ਜਿਹੜਾ ਚੱਕਰ ਹੈ ਜੀ ਮਿਲਾਨ ਵਾਲੇ ਪਾਸੇ ਅਗਰ ਲੱਗਦਾ ਹੈ ਤੇ ਜੇ ਤੁਸੀਂ ਮਿਲਾਨ ਦੇ ਵਿੱਚ ਆਉਂਦੇ ਹੋ ਤੇ ਜਿਹੜੀ ਇੱਕ ਬਿਲਡਿੰਗ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਬਿਲਡਿੰਗ ਜ਼ਰੂਰ ਦੇਖ ਲਿਓ ਕਿਉਂਕਿ ਇਹ ਜਿਹੜੀ ਬਿਲਡਿੰਗ ਹੈ ਜੀ ਪੂਰੀ ਇਟਲੀ ਦੇ ਵਿੱਚ ਸਭ ਤੋਂ ਜਿਹੜੀ ਉੱਚੀ ਬਿਲਡਿੰਗ ਹੈ ਇਹ ਜਿਹੜੀ ਬਿਲਡਿੰਗ ਹੈ ਤੇ ਇਸ ਨੂੰ ਕਹਿੰਦੇ ਹਨ ਟੋਰੇ ਉਨੀ ਕ੍ਰੈਡਿਟੋ ਮਤਲਬ ਉਨੀ ਕ੍ਰੈਡਿਟ ਟਾਵਰ ਇਹ ਮਿਲਾਨ ਦੇ ਵਿੱਚ ਪੈਂਦਾ ਹੈ ਜਿਹਦੀ ਇਸ ਦੀ ਹਾਈਟ ਹੈ ਜੀ 231 ਮੀਟਰ ਹੈ ਤੇ 35 ਮੰਜਲਾਂ ਦੀ ਇਹ ਇਮਾਰਤ ਹੈ ਇਹ ਇਟਲੀ ਦੀ ਸਭ ਤੋਂ ਉੱਚੀ ਇਮਾਰਤ ਹੈ ਤੇ ਇਸ ਤੋਂ ਬਾਅਦ ਜਿਹੜਾ ਮਿਲਾਨ ਦੇ ਵਿੱਚ ਜਿਹੜਾ ਇਟਲੀ ਦਾ ਸਭ ਤੋਂ ਦੂਸਰਾ ਜਿਹੜਾ ਉੱਚਾ ਟਾਵਰ ਹੈ ਜੇ ਅਲਾਈਐਂਸ ਟਾਵਰ ਇਹ ਵੀ ਮਿਲਾਨ ਦੇ ਵਿੱਚ ਹੀ ਪੈਂਦਾ ਜਿਹੜਾ ਕਿ 209 ਮੀਟਰ ਉੱਚਾ ਹੈ ਤੇ ਇਸ ਦੀ ਜਿਹੜੀ ਮੰਜਲਾ ਹਨ ਜੀ 50 ਮੰਜਲਾ ਹਨ ਬਾਕੀ ਜਿਹੜੀ ਨੈਕਸਟ ਕਵਰ ਹੈ ਜੀ ਬੋਨਸ ਦੇ ਬਾਰੇ ਰਾਤੀ ਇੱਕ ਵੀਡੀਓ ਪਾਇਆ ਤੇ ਸੀ ਬਹੁਤ ਸਾਰੇ ਪੀਨਾਂ ਦੇ ਕਮੈਂਟਸ ਸਨ ਕੀ ਰਹੀ ਦੀ ਤੋਦੀ ਚੀਤਾ ਦੀ ਨਾਂਸਾ ਵਾਲਿਆਂ ਨੂੰ ਜਿਹੜਾ ਬੋਨਸ ਕੀ ਸੱਚਮੁੱਚ ਨਹੀਂ ਮਿਲੇਗਾ ਕਿਉਂਕਿ ਹੋ ਸਕਦਾ ਹੈ ਕਿ ਕਿਸੇ ਨੇ ਕੋਈ ਗਲਤ ਜਾਣਕਾਰੀ ਤੁਹਾਨੂੰ ਦੱਸ ਦਿੱਤੀ ਹੋਵੇ ਤੇ ਇਸੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਇਹ ਜਿਹੜਾ ਬੋਨਸ ਹੈ ਜੀ ਸਾਰੇ ਲੋਕਾਂ ਨੂੰ ਮਿਲੇਗਾ ਜਿਹੜੇ ਵੀ ਕੰਮ ਇਟਲੀ ਦੇ ਵਿੱਚ ਕਰਦੇ ਹਨ ਜਿਹੜੇ ਪੈਨਸ਼ਨ ਲੈ ਰਹੇ ਹਨ ਤੇ ਜਿਹੜੇ ਸੈਲਫ এমਪਲoyed ਬੰਦੇ ਹਨ ਜਿਨ੍ਹਾਂ ਦਾ ਆਪਣਾ ਕਾਰੋਬਾਰ ਹੈ ਇਸ ਤੋਂ ਇਲਾਵਾ ਕਿਹੜੇ ਬੰਦਿਆਂ ਨੂੰ ਨਹੀਂ ਮਿਲ ਸਕਦਾ ਬੋਨਸ ਜਿਨ੍ਹਾਂ ਦੀ ਆਮਦਨ 35000 ਯੂਰੋ ਤੋਂ ਉੱਪਰ ਹੈ ਬਾਕੀ ਜਿਹੜੇ ਇਸ ਟਾਈਮ ਬੰਦੇ ਬੇਲੇ ਹਨ ਕੰਮਾਂ ਤੋਂ ਬੇਲੇ ਬੈਠੇ ਹੋਏ ਨੇ ਸਰਕਾਰ ਤੋਂ ਪੱਤਾ ਲੈ ਰਹੇ ਹਨ ਬੇਰੋਜ਼ਗਾਰੀ ਪੱਤਾ ਉਹਨਾਂ ਨੂੰ ਵੀ ਜਿਹੜਾ ਇਹ ਬੋਨਸ ਮਿਲੇਗਾ ਇਸ ਤੋਂ ਇਲਾਵਾ NASPI ਵਾਲੇ ਤੇ ਹੋਰ ਜਿਹੜੀ ਰੈਜ਼ੂਰੀ ਚੀਤਾ ਦੀ NASSA ਵਾਲੇ ਜਾਂ ਜਿਹੜੇ ਸੀਜ਼ਨਲ ਵਰਕਰ ਕੋਲ ਫਾਲੇ ਤੇ ਡੋਮੈਸਟਿਕ ਜਿਹੜੇ ਵੇਪਰ ਵਾਲੇ ਬੰਦੇ ਹਨ ਜਿਹੜੇ ਡੋਮੈਸਟਿਕ ਘਰੇਲੂ ਕੰਮ ਕਰਦੇ ਹਨ ਉਹਨਾਂ ਨੂੰ ਵੀ ਇਹ ਬੋਨਸ ਮਿਲੇਗਾ ਮਤਲਬ ਕਿ ਕੋਈ ਵੀ ਬੰਦਾ ਜਿਸ ਦੇ ਕੋਲ ਕੰਟੈਕਟ ਹੈ ਕੰਮ ਦਾ ਇਸ ਤੋਂ ਅਛੂਤਾ ਨਹੀਂ रह ਸਕਦਾ ਸਾਰਿਆਂ ਨੂੰ ਹੀ ਇਹ ਬੋਨਸ ਮਿਲਣਾ ਹੈ ਬਾਕੀ ਫਰੇਟਾਂ ਦੇ ਬਾਰੇ ਬਹੁਤ ਸਾਰੇ ਵੀਰ ਜਿਹੜੇ ਚਿੰਤਾ ਕਰ ਰਹੇ ਸਨ ਕਿ ਕੀ ਸੱਚਮੁੱਚ ਜਿਹੜੀਆਂ ਫਰੇਟਾਂ ਇਟਲੀ ਦੀਆਂ ਜਿਹੜੀਆਂ ਇੰਡੀਆ ਦੀਆਂ ਬੰਦ ਹੋ ਚੁੱਕੀਆਂ ਤੇ ਇਸੇ ਤਰ੍ਹਾਂ ਅੱਜ ਦੱਸ ਦਈਏ ਕਿ ਇੰਡੀਆ ਇਟਲੀਆ ਕੋਈ ਵੀ ਫਰੇਟਾਂ ਜਿਹੜੀਆਂ ਬੰਦ ਨਹੀਂ ਹੋਈਆਂ ਹੋ ਸਕਦਾ ਹੈ ਕਿ ਜਿੱਦਾਂ ਬੱਸਾਂ ਵਗੈਰਾ ਲੇਟ ਹੁੰਦੀਆਂ ਇਸ ਤਰ੍ਹਾਂ ਅਗਰ ਕੋਈ ਫਲਾਈਟ ਜਿਹੜੀ ਹੈ ਜੀ ਇੱਕ ਦਿਨ ਲੇਟ ਹੋ ਜਾਂਦੀ ਹੈ ਤੇ ਇਹ ਨਾਰਮਲ ਹੁੰਦਾ ਹੈ ਇਹ ਸਾਰੇ ਰੂਟਾਂ ਦੀ ਜਿਹੜੀਆਂ ਫਲਾਈਟਾਂ ਹੁੰਦੀਆਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਚੱਲਦਾ ਹੈ ਇਹ ਕੋਈ ਵੱਡੀ ਖਬਰ ਨਹੀਂ ਹੁੰਦੀ ਅਸੀਂ ਵੀਡੀਓ ਵਿੱਚ ਕੋਸ਼ਿਸ਼ ਇਹ ਹੀ ਕਰਦੀ ਹੈ ਕਿ ਜਿਹੜੀ ਸੱਚਮੁੱਚ ਰੀਅਲ ਦੇ ਵਿੱਚ ਜਿਹੜੀ ਖਬਰ ਹੁੰਦੀ ਉਹ ਹੀ ਤੁਹਾਨੂੰ ਦੱਸੀ ਜਾਵੇ ਬਾਕੀ ਸਰਕਾਰ ਨੇ ਜਿਹੜਾ ਨਵਾਂ ਬੋਨਸ ਹੈ ਜੋ ਵੀ ਲੈ ਕੇ ਆਂਦਾ ਹੈ ਇਹਦੇ ਵਾਸਤੇ ਜਿਹੜੀ ਲਿਮਟ ਹੈ ਜੀ ਆਮਦਨ ਦੀ 35000 ਯੂਰੋ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ ਅਗਰ 35000 ਯੂਰੋ ਤੋਂ ਜ਼ਿਆਦਾ ਜਿਹੜਾ ਆਮਦਨ ਹੈ ਤਾਂ ਫਿਰ ਜਿਹੜਾ ਬੋਨਸ ਨਹੀਂ ਮਿਲੇਗਾ ਇਹਦੇ ਵਿੱਚ ਜਿਹੜਾ ਇੱਕ ਵਾਰੀ ਤੁਹਾਨੂੰ ਵਾਊਚਰ ਮਿਲੇਗਾ ਵਨ ਆਫ ਜਿਹੜਾ ਹੋਏਗਾ ਇਹਦੇ ਵਿੱਚ ਵਾਊਚਰ ਹੈ ਜੀ 60 ਯੂਰੋ ਦਾ ਖਾਸ ਕਰ ਜਿਹੜੇ ਬੰਦੇ ਕੰਮਾਂ ਦੇ ਉੱਪਰ ਜਾਂਦੇ ਹਨ ਤੇ ਜਿਹੜੀ ਪਬਲਿਕ ਟਰਾਂਸਪੋਰਟ ਹੈ ਇਸ ਦਾ ਇਸਤੇਮਾਲ ਕਰਦੇ ਹਨ ਜਾਂ ਜਿਹੜੇ ਸਟੂਡੈਂਟ ਵਗੈਰਾ ਸਟੱਡੀ ਕਰਨ ਦੇ ਵਾਸਤੇ ਸ਼ਹਿਰਾਂ ਦੇ ਵਿੱਚ ਜਾਂਦੇ ਹਨ ਜਾਂ ਇਧਰੋਂ ਉਧਰ ਜਿਹੜਾ ਹੈ ਜੀ ਟਰਾਂਸਪੋਰਟ ਦੇ ਥਰੂ ਇਧਰ ਉਧਰ ਜਾਂਦੇ ਹਨ ਉਹਨਾਂ ਦੇ ਵਾਸਤੇ ਇਹ ਬੋਨਸ ਹੈ ਇਹਦੀ ਵਾਸਤੇ ਜਿਹੜਾ ਹੈ ਜੀ ਲੀਵਰ ਮਿਨਿਸਟਰੀ ਨੇ 100 ਮਿਲੀਅਨ ਯੂਰੋ ਜਿਹੜਾ ਵੱਖਰਾ ਰੱਖ ਦਿੱਤਾ ਹੈ ਇਸ ਤੋਂ ਨਵਾਂ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਦੱਸਿਆ ਸੀ ਕਿ ਜਿਹੜਾ ਇੰਟਰਨੈਟ ਬੋਨਸ ਹੈ ਜੀ ਫਾਸਟ ਇੰਟਰਨੈਟ ਕਨੈਕਸ਼ਨ ਅਗਰ ਤੁਸੀਂ ਘਰ ਦੇ ਵਿੱਚ ਲਗਾਉਂਦੇ ਹੋ ਤਾਂ ਇਹਦਾ ਵੀ 300 ਯੂਰੋ ਤੁਸੀਂ ਲੈ ਸਕਦੇ ਹੋ ਚਲਦੇ ਹਾਂ ਜੀ ਆਪਣੀ ਨੈਕਸਟ ਖ਼ਬਰ ਤੇ ਨੈਕਸਟ ਖ਼ਬਰ ਜਿਹੜੀ ਆਪਣੀ ਪੁਰਤਗਾਲ ਦੇ ਨਾਲ ਸੰਬੰਧਿਤ ਹੈ ਪੁਰਤਗਾਲ ਦੇ ਵਿੱਚ ਇੱਕ ਖਾਸ ਚੀਜ਼ ਫੜੀ ਗਈ ਹੈ ਸਮੁੰਦਰ ਦੇ ਵਿੱਚ ਇਹ ਜਿਹੜੇ ਸਾਇੰਸਦਾਨ ਸੰਸ ਜਿਨ੍ਹਾਂ ਨੇ ਗੋਤਾਖੋਰਾਂ ਨਾਲ ਲੈ ਕੇ ਇਸ ਜਿਹੜੀ ਖੋਜ ਕੀਤੀ ਹੈ ਤਕਰੀਬਨ ਸਮੁੰਦਰ ਦੇ ਵਿੱਚ 2 ਕਿਲੋਮੀਟਰ ਦੀ ਗਹਿਰਾਈ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਜਾਲ ਲਾਇਆ ਉਸ ਦੇ ਵਿੱਚੋਂ ਤਕਰੀਬਨ ਡਾਇਨਾਸੌਰ ਦੇ ਜਮਾਨੇ ਦੀ ਇੱਕ ਜਿਹੜੀ ਸ਼ਾਰਕ ਹੈ ਜੀ ਬੇਹਦ ਦੁਰਲਭ ਸ਼ਾਰਕ ਇਸ ਨੂੰ ਕਹਿੰਦੇ ਹਨ ਇਸ ਨੂੰ ਦੁਨੀਆ ਦੇ ਵਿੱਚ ਮਤਲਬ ਪੂਰੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਨੂੰ ਫੜਿਆ ਗਿਆ ਹੈ ਦੱਸਿਆ ਗਿਆ ਕਿ ਜਿਹੜੀ ਸ਼ਾਰਕ ਮਛਲੀ ਹੈ ਜਿਹਦੇ ਮੂੰਹ ਦੇ ਵਿੱਚ ਕਿੱਲਾਂ ਤੋਂ ਵੀ ਤੇਜ਼ 300 ਜਿਹੜੇ ਦੰਦ ਮੌਜੂਦ ਹਨ ਬੱਕੇ ਇਥੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਸਮੁੰਦਰ ਦੀ ਗਹਿਰਾਈ ਜਿਹੜੀ ਨਾਰਮਲ ਤੌਰ ਤੇ ਹੁੰਦੀ ਹੈ ਜੀ ਤਕਰੀਬਨ 8 ਤੋਂ ਲੈ ਕੇ 10-11 ਕਿਲੋਮੀਟਰ ਤੱਕ ਜਿਹੜਾ ਸਮੁੰਦਰ ਡੂੰਘਾ ਹੁੰਦਾ ਹੈ ਅਜੇ ਤੱਕ ਪੂਰੀ ਡੰਗਾਈ ਦੇ ਵਿੱਚ ਅਜੇ ਤੱਕ ਜਿਹੜੇ ਸਾਇੰਸਟਾਂ ਜਾਂ ਵਿਗਿਆਨੀ ਇਹ ਅਜੇ ਤੱਕ ਨਹੀਂ ਪਹੁੰਚ ਸਕੇ ਤੇ ਹੋਰ ਵੀ ਹੋ ਸਕਦਾ ਹੈ ਕਿ ਬਹੁਤ ਸਾਰੇ ਜਿਹੜੇ ਜੀਵ ਜੰਤੂ ਜਿਹੜੇ ਅਜੇ ਦੁਨੀਆਂ ਦੀਆਂ ਅੱਖਾਂ ਤੋਂ ਉਜਰ ਹਨ ਉਹ ਥੱਲੇ ਮਿਲ ਸਕਦੇ ਹਨ ਕਿਉਂਕਿ ਇੰਨੀ ਜ਼ਿਆਦਾ ਗਹਿਰਾਈ ਦੇ ਉੱਤੇ ਅਗਰ ਕੋਈ ਗੋਤਾਖੋਰ ਜਾਂਦਾ ਹੈ ਤਾਂ ਜਿਹੜੀ ਉਸ ਤੇ ਪ੍ਰੈਸ਼ਰ ਦੇ ਨਾਲ ਹੀ ਪਾਣੀ ਦੇ ਜਿਹੜੀ ਉਸ ਦੀ ਡੈਥ ਵਗੈਰਾ ਹੋ ਜਾਵੇਗੀ ਬਾਕੀ ਕੁਝ ਦਿਨ ਪਹਿਲਾਂ ਤੁਹਾਨੂੰ ਦੱਸਿਆ ਕਿ ਜਿਹੜੀ ਰੂਸ ਨੇ ਇੱਕ ਜ਼ਾਇਰ ਬਣਾਈ ਹੈ ਸਰਮਾਟ ਜਿਸ ਨੂੰ ਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ ਹਨ ਜੀ ਇਸ ਤੋਂ ਥੋੜਾ ਕੰਨੀ ਘਤਰਾਰੇ ਡਰ ਰਹੇ ਨੇ ਇਸ ਕੋ ਕਿਉਂਕਿ ਇਸ ਜਿਹੜ 18000 ਕਿਲੋਮੀਟਰ ਜਿਹੜੀ ਇਸ ਦੀ ਟੋਟਲ ਜਿਹੜੀ ਹੈ ਜੀ ਇੱਕ ਸ਼ਮਤਾ ਹੈ ਕਿ ਇੰਨੀ ਦੂਰੇ ਜਾ ਸਕਦੀ ਹੈ ਤੇ 24000 ਕਿਲੋਮੀਟਰ ਪ੍ਰਤੀ ਘੰਟਾ ਇਸ ਦੀ ਰਫ਼ਤਾਰ ਹੈ ਐ ਇੱਚ ਤੁਹਾਡੀ ਜਾਣਕਾਰੀ ਵਿੱਚ ਦੱਸੀਏ ਕਿ ਜਿਹੜਾ ਇਸ ਟਾਈਮ ਯੂਕੇ ਹੈ ਜੀ ਕਾਫੀ ਰੂਸ ਤੇ ਐਂਟੀ ਚੱਲ ਰਿਹਾ ਹੈ ਤੇ ਰੂਸ ਨੇ ਅਗਰੇ ਮਜ਼ਾਈਲ ਬਣਾਈ ਹੈ ਤੇ ਦੂਜੇ ਪਾਸੇ ਜਿਹੜਾ ਯੂਕੇ ਹੈ ਉਸ ਨੇ ਵੀ ਕਹਿ ਦਿੱਤਾ ਕਿ ਉਹ ਜਿਹੜੀ ਇਸ ਦੀ ਰੂਸੀਏ ਮਜ਼ਾਈਲ ਹੈ ਇਸ ਨੂੰ ਕੁਝ ਸਕਿੰਟਾਂ ਦੇ ਵਿੱਚ ਇਸ ਦੀ ਸੁਭਾ ਜਿਹੜੀ ਬਣਾ ਸਕਦਾ ਹੈ ਇਸ ਨੂੰ ਰਾਕ ਕਰ ਸਕਦਾ ਹੈ ਇਹ ਕਹਿਣਾ ਹੈ ਯੂਕੇ ਦਾ ਇਹਦੇ ਵਾਸਤੇ ਯੂਕੇ ਕੀ ਕਰ ਰਿਹਾ ਹੈ ਕਿ ਉਸਨੇ 13 ਕਰੋੜ ਪਾਉਂਡ ਦਾ ਇੱਕ ਜਿਹੜਾ ਭਾਰੀ ਬਜਟ ਰੱਖਿਆ ਹੈ ਜਿਹਦੇ ਵਿੱਚ ਉਹਨਾਂ ਨੇ ਡਾਇਰੈਕਟਿਡ ਐਨਰਜੀ ਵੈਪਨ ਜਿਹੜਾ ਬਣਾਉਣ ਦੇ ਵਾਸਤੇ ਕੰਮ ਸ਼ੁਰੂ ਕਰਨਾ ਹੈ। ਇਹਦੇ ਵਿੱਚ ਇੱਕ ਲੇਜ਼ਰ ਗਨ ਨੂੰ ਬਣਾਇਆ ਜਾਵੇਗਾ ਜਿਹੜੀ ਕਿ ਕਿਸੇ ਵੀ ਯੁੱਧ ਪੂਤ 에ਅਰਕ੍ਰਾਫਟ ਹੈਲੀਕਾਪਟਰ ਜਾਂ ਜਿਹੜੇ ਯੁੱਧਕ ਵਾਹਨ ਹੋਣਗੇ ਉਹਨਾਂ ਦੇ ਉੱਤੇ ਇਸ ਨੂੰ ਤਨਾਤ ਕੀਤਾ ਜਾ ਸਕਦਾ ਹੈ। ਇਹਦੇ ਵਿੱਚ ਜਿਹੜੀਆਂ ਲੇਜ਼ਰ ਵਗੈਰਾ ਹੈ ਜਿਹੜੀਆਂ ਫ੍ਰੀਕੁਐਂਸੀ ਰੇਡੀਓ ਫ੍ਰੀਕੁਐਂਸੀ ਨਾਲ ਹੀ ਇਸ ਨੂੰ ਛੱਡਿਆ ਜਾਵੇਗਾ ਤੇ ਕੋਈ ਵੀ ਇਸ ਦੇ ਵਿੱਚ ਵਿਸਫੋਟ ਵਗੈਰਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਇਸ ਹਥਿਆਰ ਨੂੰ ਚਲਾਉਣ ਦੇ ਵਾਸਤੇ ਜਿਹੜੀ ਬਿਜਲੀ ਦੀ ਵਰਤੋਂ ਕੀਤੀ ਜਾਵੇਗੀ। ਇਹਦੇ ਵਿੱਚੋਂ ਇੱਕ ਹਾਈ એનર્ਜੀ ਜਿਹੜਾ ਲਾਈਟ ਬੀਮ ਨਿਕਲੇਗਾ ਜਿਹੜਾ ਕਿ ਦੁਸ਼ਮਣ ਦੀਆਂ ਮਜ਼ਾਈਲਾਂ ਤੇ ਡਰੋਨ ਵਗੈਰਾ ਜਿਹੜੇ ਹੋਣਗੇ ਉਹਨਾਂ ਨੂੰ ਇੱਕ ਸਕਿੰਟ ਦੇ ਵਿੱਚ ਹੀ ਰੱਖ ਕਰ ਸਕਦਾ ਹੈ। ਮਤਲਬ ਇਹ ਕਿਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹਥਿਆਰਾਂ ਦੀ ਦੌੜ ਵਧ ਸਕਦੀ ਹੈ ਤੇ ਜਿਹੜੀ ਵਰਲਡ ਵਾਰ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਦੀ ਸੰਭਾਵਨਾ ਜ਼ਿਆਦਾ ਵੱਧ ਰਹੀ ਹੈ। ਜਿਹੜੀ ਨੈਕਸਟ ਖਬਰ ਹੈ ਜੀ ਇਹਦੇ ਵਿੱਚ ਜਿਹੜੀ ਇੰਡੀਆ ਦੇ ਉੱਤੇ ਇੱਕ ਮੱਥੇ ਦੇ ਉੱਤੇ ਆਪਾਂ ਕਹਿ ਸਕਦੇ ਕਿ ਜਿਹੜੀ ਟੈਨਸ਼ਨ ਦੀਆਂ ਲਕੀਰਾਂ ਦਿਖਾਈ ਦੇ ਰਹੀਆਂ ਹਨ। ਹੁਣ ਇੰਡੀਆ ਨੂੰ ਟੈਨਸ਼ਨ ਕਿਉਂ ਪਈ ਹੈ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਇੰਡੀਆ ਦੇ ਕੋਲ ਇੱਕ ਟੈਂਕ ਹੈ T90 ਟੈਂਕ ਜਿਹੜਾ ਕਿ ਇੰਡੀਆ ਦੇ ਕੋਲ ਹਜ਼ਾਰਾਂ ਦੀ ਸੰਖਿਆ ਦੀ ਵਿੱਚ ਟੈਂਕ ਹੈ ਇਹ ਟੈਂਕ ਇੰਡੀਆ ਨੇ ਰੂਸ ਦੇ ਕੋਲੋਂ ਖਰੀਦਿਆ ਹੋਇਆ ਹੈ ਹੁਣ ਯੂਕਰੇਨ ਦੇ ਵਿੱਚ ਜਦੋਂ ਜੰਗ ਲੱਗੀ ਹੈ ਤੇ ਰੂਸ ਨੇ ਇਹੜੇ ਟੈਂਕਸ ਹਨ ਯੂਕਰੇਨ ਦੇ ਵਿੱਚ ਭੇਜੇ ਸਨ ਤੇ T90 ਜਿਹੜਾ M ਟੈਂਕ ਹੈ ਜੀ ਯੂਕਰੇਨ ਨੇ ਪਹਿਲੀ ਵਾਰ ਜਿਹੜਾ ਇਸ ਨੂੰ ਤਬਾਹ ਕਰ ਦਿੱਤਾ ਹੈ ਜਿੱਦਾਂ ਕਿ ਪਹਿਲਾਂ ਜਿਹੜਾ ਮੋਸਕਾਵਾ ਯੁੱਧ ਪੋਥ ਸੀ ਇਹ ਡੁੱਬਿਆ ਰੂਸ ਦਾ ਜਿਹੜਾ ਦੂਸਰਾ 1890 ਐਮ ਟੈਂਕ ਜਿਹੜਾ ਹੈ ਜੀ ਇਸ ਨੂੰ ਤਬਾਹ ਕੀਤਾ ਗਿਆ ਹੈ ਇੱਥੇ ਦੱਸੀਏ ਕਿ ਇਹ ਟੈਂਕ ਹੈ ਜੀ ਬਹੁਤ ਜ਼ਿਆਦਾ ਆਧੁਨਿਕ ਹੈ ਤੇ ਰੂਸ ਦਾ ਮੇਨ ਟੈਂਕ ਹੈ ਅਗਰ ਇਹ ਟੈਂਕ ਜਿਹੜਾ ਤਬਾਹ ਹੁੰਦਾ ਹੈ ਯੁੱਧ ਦੇ ਵਿੱਚ ਤਾਂ ਇੰਡੀਆ ਦੇ ਵਾਸਤੇ ਬਹੁਤ ਵੱਡੀ ਇੱਕ ਚਿੰਤਾ ਹੈ ਕਿਉਂਕਿ ਇੰਡੀਆ ਵੀ ਜਿਹੜਾ ਇਸ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਹੁਣ ਆਪਾਂ ਦੇਖਦੇ ਹਾਂ ਕਿ ਇਟਲੀ ਦੇ ਵਿੱਚ ਜਿਹੜੇ ਕੇਸਿਸ ਵਗੈਰ ਅੱਜ ਕਿੰਨੇ ਕੇਸ ਆਏ ਹਨ 48200 ਜਿਹੜਾ 55 ਕੇਸ ਅੱਜ ਆਇਆ ਹੈ 138 ਲੋਕਾਂ ਦੀ ਇਟਲੀ ਦੇ ਵਿੱਚ ਜਾਨ ਗਈ ਹੈ हां जी नेक्स्ट ਅਪਰੇਟ ਜਿਹੜਾ ਇਸ ਤਰ੍ਹਾਂ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਹਨ ਕਿ ਤੀਜੀ ਡੋਜ਼ ਜਿਹੜੀ ਹੈ ਉਹ ਲਗਵਾ ਚੁੱਕੇ ਹਨ ਤੇ ਬਹੁਤ ਹੀ ਲੋਕਾਂ ਨੇ ਤੀਸਰੀ ਡੋਜ਼ ਅਜੇ ਤੱਕ ਨਹੀਂ ਲਗਵਾਈ ਜਿਹੜਾ ਇੱਕ ਸਰਵੇ ਪੂਰੇ ਯੂਰਪ ਦੇ ਵਿੱਚ ਕੀਤਾ ਗਿਆ ਹੈ ਪੂਰੇ ਯੂਰਪ ਦੀ ਜਿੰਨੀ ਟੋਟਲ ਆਬਾਦੀ ਹੈ ਉਹਦੇ ਵਿੱਚ ਇਹਨਾਂ ਨੇ ਇਹ ਦੇਖਿਆ ਕਿ ਕਿੰਨੇ ਲੋਕ ਜਿਹੜੇ ਹਨ ਤੀਸੀ ਡੋਜ਼ ਲੈ ਚੁੱਕੇ ਹਨ ਤੇ ਪੂਰੀ ਯੂਰੋਪੀਅਨ ਆਬਾਦੀ ਦੇ ਵਿੱਚ ਤਕਰੀਬਨ 50% ਜਿਹੜੇ ਯੂਰਪ ਦੇ ਲੋਕ ਹਨ ਜਿਹੜੇ ਕਿ ਤੀਸੀ ਡੋਜ਼ ਲੈ ਚੁੱਕੇ ਹਨ ਮਤਲਬ ਕਿ ਫੁੱਲੀ ਤੌਰ ਤੇ ਜਿਹੜੇ ਵੈਕਸੀਨੇਟਡ ਬਣ ਚੁੱਕੇ ਹਨ ਤੇ 50% ਲੋਕ ਇਹੋ ਜਿਹੇ ਹਨ ਜਿਨ੍ਹਾਂ ਨੇ تیسਰੀ ਡੋਜ਼ ਅਜੇ ਤੱਕ ਨਹੀਂ ਲਗਵਾਈ। ਬਾਕੀ ਇਟਲੀ ਦੇ ਵਿੱਚ ਜਿਹੜਾ ਘਰਾਂ ਦੇ ਵਾਸਤੇ ਇੱਕ ਐਗਰੀਮੈਂਟ ਜਿਹੜਾ ਕਿ ਰਿਫਾਰਮ ਹੋਣਾ ਸੀ ਉਹ ਜਿਹੜਾ ਉਹਦਾ ਐਗਰੀਮੈਂਟ ਆ ਚੁੱਕਾ ਹੈ। ਹੁਣ ਇਸ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਘਰਾਂ ਦੇ ਵਾਸਤੇ ਟੈਕਸਿਸ ਵਗੈਰਾ ਤੇ ਜਿਹੜੇ ਕਾਡ ਸਟਿਲ ਰੈਂਟਸ ਵਗੈਰਾ ਹੋਣਗੇ ਇਹਨਾਂ ਦੇ ਵਿੱਚ ਜਿਹੜੀ ਕੋਈ ਵੀ ਬਦੌਤਰੀ ਨਹੀਂ ਕੀਤੀ ਜਾਵੇਗੀ। ਬਾਕੀ ਨੈਕਸਟ ਵੀਡੀਓ ਵਿੱਚ ਇਸ ਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਵੀ ਦੱਸਾਂਗੇ। ਬਾਕੀ ਇਸ ਤੋਂ ਬਾਅਦ WHO ਦੇ ਵੱਲੋਂ ਇੱਕ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਇਹ ਜਾਣਕਾਰੀ ਜਿਹੜੀ ਹੈ ਜੀ ਪੂਰੀ ਦੁਨੀਆ ਦੇ ਵਾਸਤੇ ਨਾਨੇ ਕੱਢ ਕੇ ਲਿਆਂਦੀ ਹੈ ਇਹਨਾਂ ਨੇ ਦੱਸਿਆ ਹੈ ਕਿ ਪੂਰੀ ਦੁਨੀਆ ਦੇ ਵਿੱਚ ਹੁਣ ਤੱਕ ਜਿਹੜੀ ਕੋਵਿਡ ਦੇ ਨਾਲ ਤਕਰੀਬਨ ਜਿਹੜੇ 1.5 ਕਰੋੜ ਲੋਕਾਂ ਦੀ ਡੈਥ ਹੋਈ ਹੈ ਇਹਨਾਂ ਨੇ ਇੱਥੇ ਵੀ ਦੱਸਿਆ ਕਿ ਜਿੰਨਾ ਆਈਡੀਆ ਲਗਾਇਆ ਗਿਆ ਸੀ ਉਸ ਤੋਂ ਜਿਹੜੀ ਡਬਲ ਅਮਾਉਂਟ ਲੋਕਾਂ ਦੀ ਬਣੀ ਹੈ ਜਿਨ੍ਹਾਂ ਦੀ ਡੈਥ ਕੋਵਿਡ ਦੀ ਵਜ੍ਹਾ ਦੇ ਨਾਲ ਹੋਈ ਹੈ ਬਾਕੀ ਬਹੁਤ ਸਾਰੇ ਦੇਸ਼ ਹਨ ਜਿਹੜੇ ਇਸ ਚੀਜ਼ ਨੂੰ ਜਿਹੜੇ ਰਿਫਿਊਜ਼ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਨਹੀਂ ਹੋਇਆ ਕਿਉਂਕਿ ਜਿਸ ਦੇਸ਼ ਦੇ ਉੱਤੇ ਵੀ ਜਿਹੜਾ WHO ਇਸ ਗੱਲ ਤਰ੍ਹਾਂ ਦਾ ਜਿਹੜਾ ਬਿਆਨ ਦੇਵੇਗਾ ਕਿ ਫਲਾਣੇ ਫਲਾਣੇ ਦੇਸ਼ ਦੇ ਵਿੱਚ ਇੰਨੀਆਂ ਮੌਤਾਂ ਹੋਈਆਂ ਤਾਂ ਕੋਈ ਵੀ ਦੇਸ਼ ਜਿਹੜਾ ਹੈ ਜੀ ਇਸ ਨੂੰ ਕਹੇਗਾ ਕਿ ਇਸ ਦੇਸ਼ ਵਿੱਚ ਇਸ ਤਰ੍ਹਾਂ ਨਹੀਂ ਹੋਇਆ। ਬਾਕੀ ਅਗਰ ਆਪਾਂ ਯੁੱਧ ਦੀ ਗੱਲ ਕਰੀਏ ਤਾਂ ਤਕਰੀਬਨ ਜਿਹੜਾ ਯੁੱਧ ਹੈ ਜੀ ਹਰ ਪੱਖ ਜਿਹੜਾ ਹੈ ਆਪ ਕੋਲੇ ਸਾਹ ਦੇ ਨਾਲ ਲੱਗਾ ਹੋਇਆ ਹੈ ਤੇ ਜਿਹੜਾ ਰੂਸ ਹੈ ਜੋ ਵੀ ਤਕਰੀਬਨ ਪ੍ਰਯੋਗ ਵਗੈਰਾ ਆਪਣੇ ਜਿਹੜੇ ਐਕਸਪੈਰੀਮੈਂਟ ਪਰਮਾਣੂ ਉੱਥੇ ਰਹਿੰਦੇ ਨਾਲ ਕਰ ਰਿਹਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਵਿਕ ਦੀ ਜਿਹੜੀ ਇਹਨਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਬਾਕੀ ਇਥੇ ਇੱਕ ਗੱਲ ਸਾਂਝੀ ਨਹੀਂ ਪਵੇਗੀ ਕਿ ਅਗਰ ਦੁਨੀਆ ਦੇ ਵਿੱਚ ਜਿਹੜਾ ਤੀਸਰਾ ਵਰਲਡ ਵਾਰ ਜਾਂ ਤੀਸਰਾ ਵਿਸ਼ਵ ਯੁੱਧ ਲੱਗਦਾ ਹੈ ਤਾਂ ਜਿਹੜਾ ਇਸ ਦਾ ਜਿਹੜਾ ਪੂਰੇ ਦਾ ਪੂਰਾ ਜਿਹੜਾ ਹੈ ਜੀ ਕ੍ਰੈਡਿਟ ਯੂਕਰੇਨ ਨੂੰ ਹੀ ਦਿੱਤਾ ਜਾਵੇਗਾ ਉਹ ਵੀ ਜਿਹੜੇ ਇਥੋਂ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਸਾਹਿਬ ਹਨ ਉਹਨਾਂ ਨੂੰ ਕਿਉਂਕਿ ਇੱਕ ਤਾਂ ਉਹਨਾਂ ਨੇ ਇਸ ਚੀਜ਼ ਦੇ ਬਾਰੇ ਪ੍ਰਵਾਨ ਨਹੀਂ ਕੀਤੀ ਕਿ ਜਿਸ ਦੇਸ਼ ਨਾਲ ਉਹਨਾਂ ਦੀ ਲੜਾਈ ਚੱਲ ਰਹੀ ਹੈ ਉਹ ਦੇਸ਼ ਕਿੰਨਾ ਤਾਕਤਵਰ ਹੈ ਤੇ ਦੂਜੇ ਨੰਬਰ ਦੇ ਉੱਤੇ ਉਹਨਾਂ ਨੇ ਆਪਣੇ ਦੇਸ਼ ਨੂੰ ਬਚਾਉਣ ਦੇ ਵਾਸਤੇ NATO ਦੇ ਨਾਲ ਸਮਝੌਤਾ ਕਰਨ ਦੀ ਪਲੈਨਿੰਗ ਬਣਾਈ ਤੇ ਇਸ ਪਲੈਨਿੰਗ ਦੇ ਵਿੱਚ ਜਿਹੜਾ ਉਹਨਾਂ ਨੇ ਆਪਣੇ ਦੇਸ਼ ਨੂੰ ਸਮਝੌਤਾ ਹੋਣ ਤੋਂ ਪਹਿਲਾਂ ਹੀ ਤਬਾਹ ਕਰਵਾ ਲਿਆ ਮਤਲਬ ਜਿਸ ਦੇਸ਼ ਨੂੰ ਬਚਾਉਣ ਦੇ ਵਾਸਤੇ ਰੂਸ ਤੋਂ ਉਹ ਸਮਝੌਤਾ ਕਰਨਾ ਚਾਹੁੰਦੇ ਸਨ ਉਹ ਜਿਹੜਾ ਸਮਝੌਤਾ ਸੀ ਉਹ ਹੀ ਉਹਨਾਂ ਦੀ ਬਰਬਾਦੀ ਦਾ ਕਾਰਨ ਬਣਿਆ ਤੇ ਦੇਸ਼ ਜਿਹੜਾ ਉਹਨਾਂ ਦਾ ਬਰਬਾਦ ਹੋਇਆ ਅੱਜ ਯੂਕਰੇਨ ਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਹਨ ਜੀ ਆਪਣੇ ਪਰਿਵਾਰਾਂ ਤੋਂ ਵਿਛੜ ਚੁੱਕੇ ਹਨ ਲੋਕਾਂ ਨੂੰ ਘਰ ਛੱਡਣਾ ਪਿਆ ਹੈ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਹੈ ਤੇ ਤਕਰੀਬਨ ਬਹੁਤ ਸਾਰੇ ਲੋਕਾਂ ਦੀ ਜਿਹੜੇ ਘਰ ਬਿਲਕੁਲ ਬੰਬਾਂ ਦੇ ਨਾਲ ਤਬਾਹ ਹੋ ਚੁੱਕੇ ਹਨ ਬਾਕੀ ਦੇ ਨਾਲ ਹੀ ਆਪਾਂ ਖਬਰਾਂ ਨੂੰ ਇੱਥੇ ਖਤਮ ਕਰਦੇ ਹਾਂ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਆਵਾਂਗੇ ਤਦ ਤੱਕ ਤੁਸੀਂ ਜਿਹੜਾ ਚੈਨਲ ਹੈ ਜੀ ਇਸ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੀਓ ਤੇ ਬੈਲ ਆਈਕਨ ਜਿਹੜਾ ਹੈ ਇਸ ਨੂੰ ਦਬਾਉਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਵੀਡੀਓ ਜਦੋਂ ਵੀ ਅਪਲੋਡ ਕੀਤੀ ਜਾਵੇ ਉਸ ਟਾਈਮ ਤੁਹਾਡੇ ਕੋਲ ਸਿੱਧਾ ਹੀ ਨੋਟੀਫਿਕੇਸ਼ਨ ਪਹੁੰਚੇ ਤੁਸੀਂ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ